ਨਿਊਜ਼ੀਲੈਂਡ 'ਚ ਓਮਿਕਰੋਨ ਦੀ ਦਸਤਕ ਤੋਂ ਬਾਅਦ ਕਮਿਊਨਿਟੀ ਕੇਸ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ। ਅੱਜ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਵੀ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਨਿਊਜ਼ੀਲੈਂਡ 'ਚ ਅਜਿਹੇ ਪ੍ਰਬੰਧ ਨਹੀਂ ਨੇ ਕਿ ਓਮਿਕਰੋਨ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕੀਤਾ ਜਾ ਸਕੇ। ਉਹਨਾਂ ਆਖਿਆ ਕਿ ਅੱਜ ਅਸੀਂ ਜਿਸ ਸਟੇਜ ਦੇ ਉੱਤੇ ਖੜ੍ਹੇ ਹਾਂ ਉਸ ਸਟੇਜ ਦੇ ਉੱਤੇ ਅਸੀਂ ਡੈਲਟਾ ਦੇ ਕਮਿਊਨਿਟੀ ਕੇਸਾਂ ਨੂੰ ਤਾਂ ਰੋਕ ਸਕਦੇ ਹਾਂ ਪਰ ਓਮਿਕਰੋਨ ਨੂੰ ਵੱਸ 'ਚ ਕਰਨਾ ਇਸ ਵੇਲੇ ਜਲਦਬਾਜ਼ੀ ਹੋਵੇਗੀ। ਉਹਨਾਂ ਚਿੰਤਾ ਜਤਾਈ ਕਿ ਜਿੱਥੇ ਓਮਿਕਰੋਨ ਦੇ ਕੇਸ ਹੋਣ ਵਾਲੇ ਦਿਨਾਂ 'ਚ ਵੱਧ ਸਕਦੇ ਨੇ ਉੱਥੇ ਹੀ ਉਹਨਾਂ ਨੇ ਆਖਿਆ ਕਿ ਸਾਲ 2022 ਦੇ ਲਈ ਸਾਡੇ ਵੱਲੋਂ ਪਲਾਨ ਸੈਟਅਪ ਕੀਤੇ ਜਾ ਰਹੇ ਨੇ। ਉਹਨਾਂ ਆਖਿਆ ਕਿ 2022 ਦੇ ਦੌਰਾਨ ਨਿਊਜ਼ੀਲੈਂਡ ਮੁੜ ਤੋਂ ਦੁਨੀਆ ਭਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੇਗਾ ਪਰ ਓਮਿਕਰੋਨ ਨੂੰ ਰੋਕਣਾ ਸਾਡੇ ਵੱਸ 'ਚ ਫਿਲਹਾਲ ਦਿਖਾਈ ਨਹੀਂ ਦੇ ਰਿਹਾ। ਉਹਨਾਂ ਆਖਿਆ ਕਿ ਅਸੀਂ ਕਾਫ਼ੀ ਅਰਲੀ ਸਟੇਜਸ ਦੇ ਉੱਪਰ ਹਾਂ ਅਤੇ ਇਸ ਵੇਰੀਐਂਟ ਨੂੰ ਰੋਕਣ ਦੇ ਲਈ ਆਉਣ ਵਾਲੇ ਦਿਨਾਂ 'ਚ ਹੋਰ ਉਪਰਾਲੇ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਇਹ ਵੇਰੀਐਂਟ ਕੋਈ ਆਖਰੀ ਵੇਰੀਐਂਟ ਨਹੀਂ ਹੋਵੇਗਾ, ਇਸ ਤੋਂ ਬਾਅਦ ਵੀ ਕੁਝ ਹੋਰ ਵੇਰੀਐਂਟ ਦੇ ਨਾਲ ਨਿਊਜ਼ੀਲੈਂਡ ਵਾਸੀਆਂ ਨੂੰ ਨਿਪਟਣਾ ਪੈ ਸਕਦਾ ਹੈ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੂਸਟਰ ਸ਼ੌਟ ਜਲਦ ਤੋਂ ਜਲਦ ਲਗਵਾਉਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਰਹਿਣ। ਪ੍ਰਧਾਨ ਮੰਤਰੀ ਨੇ ਬੱਚਿਆਂ ਦੇ ਵੱਲੋਂ ਵੈਕਸੀਨ ਦੇ ਵਿੱਚ ਵਿਖਾਈ ਗਈ ਤੇਜ਼ੀ ਦੀ ਸਰਾਹਨਾ ਵੀ ਕਰਦਿਆਂ ਆਖਿਆ ਕਿ ਹੁਣ ਤੱਕ 42% ਦੇ ਕਰੀਬ 5 ਸਾਲ ਤੋਂ ਲੈ ਕੇ 11 ਸਾਲ ਤੱਕ ਦੇ ਬੱਚੇ ਆਪਣੀ ਪਹਿਲੀ ਡੋਜ਼ ਲਗਵਾ ਚੁੱਕੇ ਨੇ, ਜੋ ਕਿ ਕਾਫ਼ੀ ਚੰਗੀ ਗੱਲ ਹੈ। ਉਹਨਾਂ ਦੱਸਿਆ ਕਿ ਓਮਿਕਰੋਨ ਦੇ ਕਮਿਊਨਿਟੀ ਕੇਸਾਂ ਦੇ ਨਾਲ ਨਜਿੱਠਣ ਦੇ ਲਈ ਆਉਣ ਵਾਲੇ ਸਮੇਂ 'ਚ ਠੋਸ ਕਦਮ ਜ਼ਰੂਰ ਚੁੱਕੇ ਜਾਣਗੇ। ਬਿਊਰੋ ਰਿਪੋਰਟ, ਦਿੱਲੀ ਖਬਰ। ਨਿਊਜ਼ੀਲੈਂਡ 'ਚ ਓਮਿਕਰੋਨ ਦੀ ਦਸਤਕ ਤੋਂ ਬਾਅਦ ਕਮਿਊਨਿਟੀ ਕੇਸ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ। ਅੱਜ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਵੀ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਨਿਊਜ਼ੀਲੈਂਡ 'ਚ ਅਜਿਹੇ ਪ੍ਰਬੰਧ ਨਹੀਂ ਨੇ ਕਿ ਓਮਿਕਰੋਨ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕੀਤਾ ਜਾ ਸਕੇ। ਉਹਨਾਂ ਆਖਿਆ ਕਿ ਅੱਜ ਅਸੀਂ ਜਿਸ ਸਟੇਜ ਦੇ ਉੱਤੇ ਖੜ੍ਹੇ ਹਾਂ ਉਸ ਸਟੇਜ ਦੇ ਉੱਤੇ ਅਸੀਂ ਡੈਲਟਾ ਦੇ ਕਮਿਊਨਿਟੀ ਕੇਸਾਂ ਨੂੰ ਤਾਂ ਰੋਕ ਸਕਦੇ ਹਾਂ ਪਰ ਓਮਿਕਰੋਨ ਨੂੰ ਵੱਸ 'ਚ ਕਰਨਾ ਇਸ ਵੇਲੇ ਜਲਦਬਾਜ਼ੀ ਹੋਵੇਗੀ। ਉਹਨਾਂ ਚਿੰਤਾ ਜਤਾਈ ਕਿ ਜਿੱਥੇ ਓਮਿਕਰੋਨ ਦੇ ਕੇਸ ਹੋਣ ਵਾਲੇ ਦਿਨਾਂ 'ਚ ਵੱਧ ਸਕਦੇ ਨੇ ਉੱਥੇ ਹੀ ਉਹਨਾਂ ਨੇ ਆਖਿਆ ਕਿ ਸਾਲ 2022 ਦੇ ਲਈ ਸਾਡੇ ਵੱਲੋਂ ਪਲਾਨ ਸੈਟਅਪ ਕੀਤੇ ਜਾ ਰਹੇ ਨੇ। ਉਹਨਾਂ ਆਖਿਆ ਕਿ 2022 ਦੇ ਦੌਰਾਨ ਨਿਊਜ਼ੀਲੈਂਡ ਮੁੜ ਤੋਂ ਦੁਨੀਆ ਭਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੇਗਾ ਪਰ ਓਮਿਕਰੋਨ ਨੂੰ ਰੋਕਣਾ ਸਾਡੇ ਵੱਸ 'ਚ ਫਿਲਹਾਲ ਦਿਖਾਈ ਨਹੀਂ ਦੇ ਰਿਹਾ। ਉਹਨਾਂ ਆਖਿਆ ਕਿ ਅਸੀਂ ਕਾਫ਼ੀ ਅਰਲੀ ਸਟੇਜਸ ਦੇ ਉੱਪਰ ਹਾਂ ਅਤੇ ਇਸ ਵੇਰੀਐਂਟ ਨੂੰ ਰੋਕਣ ਦੇ ਲਈ ਆਉਣ ਵਾਲੇ ਦਿਨਾਂ 'ਚ ਹੋਰ ਉਪਰਾਲੇ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਇਹ ਵੇਰੀਐਂਟ ਕੋਈ ਆਖਰੀ ਵੇਰੀਐਂਟ ਨਹੀਂ ਹੋਵੇਗਾ, ਇਸ ਤੋਂ ਬਾਅਦ ਵੀ ਕੁਝ ਹੋਰ ਵੇਰੀਐਂਟ ਦੇ ਨਾਲ ਨਿਊਜ਼ੀਲੈਂਡ ਵਾਸੀਆਂ ਨੂੰ ਨਿਪਟਣਾ ਪੈ ਸਕਦਾ ਹੈ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੂਸਟਰ ਸ਼ੌਟ ਜਲਦ ਤੋਂ ਜਲਦ ਲਗਵਾਉਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਰਹਿਣ। ਪ੍ਰਧਾਨ ਮੰਤਰੀ ਨੇ ਬੱਚਿਆਂ ਦੇ ਵੱਲੋਂ ਵੈਕਸੀਨ ਦੇ ਵਿੱਚ ਵਿਖਾਈ ਗਈ ਤੇਜ਼ੀ ਦੀ ਸਰਾਹਨਾ ਵੀ ਕਰਦਿਆਂ ਆਖਿਆ ਕਿ ਹੁਣ ਤੱਕ 42% ਦੇ ਕਰੀਬ 5 ਸਾਲ ਤੋਂ ਲੈ ਕੇ 11 ਸਾਲ ਤੱਕ ਦੇ ਬੱਚੇ ਆਪਣੀ ਪਹਿਲੀ ਡੋਜ਼ ਲਗਵਾ ਚੁੱਕੇ ਨੇ, ਜੋ ਕਿ ਕਾਫ਼ੀ ਚੰਗੀ ਗੱਲ ਹੈ। ਉਹਨਾਂ ਦੱਸਿਆ ਕਿ ਓਮਿਕਰੋਨ ਦੇ ਕਮਿਊਨਿਟੀ ਕੇਸਾਂ ਦੇ ਨਾਲ ਨਜਿੱਠਣ ਦੇ ਲਈ ਆਉਣ ਵਾਲੇ ਸਮੇਂ 'ਚ ਠੋਸ ਕਦਮ ਜ਼ਰੂਰ ਚੁੱਕੇ ਜਾਣਗੇ। ਬਿਊਰੋ ਰਿਪੋਰਟ, ਦਿੱਲੀ ਖਬਰ।